ਉਹਦਾ ਬਹੁਤ ਡਿਫਰੈਂਟ ਵਿਸ਼ਾ ਸੀਗਾ, ਪਹਿਲਾਂ ਵਾਲੀ ਡਿਫਰੈਂਟ ਵਿਸ਼ੇ ਦੇ ਉੱਤੇ ਸੀਗੀ। ਸੋ ਵੀ ਹੁਣ ਇੰਨਾ ਟਾਈਮ ਲੱਗ ਗਿਆ ਜੀ ਸਾਨੂੰ, ਆਲਮੋਸਟ 2019 'ਚ ਆਈ ਸੀਗੀ ਅਤੇ ਹੁਣ 24 'ਚ ਲੈ ਕੇ ਆ ਰਹੇ ਹਾਂ। ਅਤੇ ਬੜੀ ਮਿਹਨਤ ਕੀਤੀ ਹੈ, ਕੋਸ਼ਿਸ਼ ਕੀਤੀ ਹੈ ਕਿ ਨਵੀਆਂ ਕਹਾਣੀਆਂ, ਪਰ ਉਹ ਸਾਰੀਆਂ ਕਹਾਣੀਆਂ ਜਿਹੜੀਆਂ ਤੁਹਾਡੇ 'ਚੋਂ ਨਿਕਲੀਆਂ ਹੋਈਆਂ। ਕੁਛ ਇਹ ਨਹੀਂ ਕਹਿ ਸਕਦੇ, ਤੁਸੀਂ ਇਹ ਨਹੀਂ ਕਹੋਗੇ ਕਿ ਮੈਂ ਸੁਣੀ ਨਹੀਂ ਜਾਂ ਮੈਂ ਦੇਖੀ ਨਹੀਂ, ਮਤਲਬ ਕਿਤੇ ਨਾ ਕਿਤੇ ਤੁਸੀਂ ਉਹ ਚੀਜ਼ਾਂ ਤੁਹਾਡੇ ਅੱਗੇ ਪਿੱਛੇ ਹੋਈਆਂ ਹੋਈਆਂ। ਅਸੀਂ ਉਹਨਾਂ ਨੂੰ ਆਪਣੇ ਤਰੀਕੇ ਨਾਲ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਪਹਿਲਾਂ ਆਈਆਂ ਫਿਲਮਾਂ। ਅਤੇ ਬਾਕੀ 13 ਸਤੰਬਰ ਤੋਂ ਰਿਲੀਜ਼ ਹੈ ਜੀ। ਅਤੇ ਮੈਂ ਕੋਸ਼ਿਸ਼ ਕਰ, ਜਿਵੇਂ ਤੁਸੀਂ ਪੁੱਛਿਆ ਕਿ ਇੰਨੀਆਂ ਚੀਜ਼ਾਂ ਕਰਦੇ ਹਾਂ, ਤਾਂ ਉਹ ਵੈਸੇ ਇੱਕ ਪਾਰਟ ਹੈ ਜੀ ਕਹਾਣੀ ਦਾ। ਘੁੱਗੀ ਭਾਅ ਜੀ ਨੂੰ ਵੀ ਤੁਹਾਨੂੰ ਲੱਗਦਾ ਹੈ ਕਿ ਇਕੱਲੇ ਐਕਟਰ ਨੇ ਇਸ ਫਿਲਮ ਦੇ ਵਿੱਚ, ਇਹ ਐਕਟਰ ਨਹੀਂ ਗੇ, ਮੈਂ ਇਹਨਾਂ 'ਤੇ ਬਹੁਤ ਇਹਨਾਂ ਤੋਂ ਕੰਮ ਕਰਾਉਂਦਾ। ਕਦੇ ਮੈਂ ਇਹਨਾਂ ਨੂੰ ਸੀਨ ਤੋੜਨ ਲਾ ਦਿੰਦਾ, ਭਾਅ ਜੀ ਇੱਥੇ ਕਿਹੜੀ ਲੈਨ ਪਾਈਏ, ਤੁਹਾਨੂੰ ਕੀ ਲੱਗਦਾ, ਮੇਰੇ ਸਲਾਹਕਾਰ ਵੀ ਨੇ ਇਹ, ਇਹ ਮੇਰੇ ਕੋ ਰਾਈਟਰ ਵੀ ਕਹਿ ਸਕਦੇ ਹੋ ਤੁਸੀਂ, ਕੋ ਡਾਇਰੈਕਟਰ ਵੀ ਕਹਿ ਸਕਦੇ ਹੋ। ਸੋ ਸਾਰੀਆਂ ਚੀਜ਼ਾਂ 'ਚ ਇਹ ਟੀਮ ਵਰਕ। ਸੋ ਫਿਲਮ ਇਕੱਲੀ ਇੱਕ ਬੰਦੇ ਦੀ ਤਾਂ ਹੋ ਹੀ ਨਹੀਂ ਸਕਦੀ ਹੈਗੀ, ਹੈ ਨਾ। ਸੋ ਮੇਰੇ ਤੋਂ ਭਾਅ ਜੀ ਨੇ ਸੀਨੀਅਰ, ਅਤੇ ਮੈਂ ਕਈ ਵਾਰੀ ਜਾ ਕੇ ਇਹਨਾਂ ਨੂੰ ਕਹਿੰਦਾ ਕਿ ਨਹੀਂ ਭਾਅ ਜੀ ਐਂ ਨਹੀਂ, ਐਂ ਟਰਾਈ ਕਰੀਏ, ਹੈ ਨਾ। ਸੋ ਇਹ ਮੇਰੀ ਵੀ ਗੱਲ ਪੂਰੀ ਸੁਣਦੇ ਆ, ਮੈਨੂੰ ਇੰਨੀ ਸਪੋਰਟ ਕਰਦੇ ਆ। ਸੋ ਸ਼ਾਇਦ ਇਸੇ ਕਰਕੇ ਅਰਦਾਸ ਇੱਕ ਓਨੈਸਟ ਪ੍ਰੋਡਕਟ ਹੈ, ਜਿਹਨੂੰ ਮੈਂ ਕਹਿ ਸਕਦਾ ਸਾਡੀ ਫਿਲਮ ਇੱਕ ਓਨੈਸਟ ਫਿਲਮ ਹੈ, ਜਿਹਦੇ ਨਾਲ ਅਸੀਂ ਬਿਲਕੁਲ ਵੀ ਇੱਦਾਂ ਨਹੀਂ ਸੋਚ ਕੇ ਚੱਲਦੇ ਕਿ ਯਾਰ ਇੱਕ ਸਭ, ਜਿਵੇਂ ਅੱਜ ਕੱਲ੍ਹ ਫਿਲਮਾਂ ਬਣਦੀਆਂ ਨੇ ਕਈ, ਅਸੀਂ ਬਣਾ ਲੈਂਦੇ ਹਾਂ ਕਿ ਯਾਰ ਇਹ ਬਸ ਇੱਕ ਪ੍ਰੋਜੈਕਟ ਹੈ, ਇਹ ਐਵੇਂ ਐਵੇਂ ਕਰਾਂਗੇ, ਐਨੇ ਦੀ ਬਣੂ ਹੈ, 'ਚ ਐਵੇਂ ਗਾਣੇ ਪਾਵਾਂਗੇ, 'ਚ ਉਵੇਂ ਕਰਾਂਗੇ। ਨਹੀਂ, ਇਹਦੇ 'ਚ ਨਹੀਂ। ਇਹਦੇ 'ਚ ਕਈ ਵਾਰੀ ਛੋਟੇ ਜਿਹੇ ਰੋਲ ਲਈ ਕੋਈ ਕਰੈਕਟਰ ਚਾਹੀਦਾ ਹੁੰਦਾ, ਸਾਨੂੰ ਅੜ ਜਾਵੇ ਕਿ ਯਾਰ ਆਹ ਨਹੀਂ ਮਿਲ ਰਿਹਾ, ਭਾਵੇਂ ਸੀਨ 2 ਨੇ, ਅਸੀਂ ਉਹਦੇ ਲਈ ਵੇਟ ਕਰ ਰਹੇ ਹਾਂ, ਸਾਨੂੰ ਵਾਈਟ ਬੰਦਾ ਮਿਲਦਾ ਤਾਂ ਹੀ ਅਸੀਂ ਇਸ ਨੂੰ ਕੈਰੀ ਫੋਰਵਰਡ ਕਰਾਂਗੇ। ਅਤੇ ਦੋ ਗੱਲਾਂ ਨੇ ਜੀ। ਪਹਿਲੀ ਬੇਨਤੀ ਹੈ ਕਿ ਨੌਲੇਜ ਤਾਂ ਉਨੀ ਕੀ ਹੈ, ਅਸੀਂ ਉਹਨੂੰ ਪ੍ਰੈਜੈਂਟ ਕਈ ਵਾਰੀ ਜ਼ਿਆਦਾ ਵੱਡਾ ਕਰ ਦਈਦਾ, ਹੈ ਨਾ, ਵੀ ਉਹਨੂੰ ਚਲੋ ਉੱਪਰ ਲੈਂਸ ਹੁੰਦਾ ਸੀ, ਕਿਹੜਾ ਹੁੰਦਾ ਸੀ ਉਹ, ਉੱਪਰ ਤੇ ਆਪਤਾ ਲੈਂਸ ਦੋ ਹੁੰਦੇ ਸੀ ਨਾ, ਸਾਇੰਸ ਵਿੱਚ ਹੁੰਦਾ ਸੀ, ਹੈ ਨਾ, ਉਹਨੂੰ ਮੈਗਨੀਫਾਈਂਗ ਗਲਾਸ ਨਾਲ ਆਡੀਅੰਸ ਦੇਖਣ ਲੱਗ ਜਾਂਦੀ। ਜਿੱਦਾਂ ਮੇਰੇ ਵਰਗੇ ਬੰਦੇ ਦਾ ਉਹ ਹਾਲ ਹੈ ਜੀ ਕਿ ਭਾਵੇਂ ਜਾਣਕਾਰੀ ਨਾ ਹੋਵੇ, ਪਿੰਡ 'ਚ ਨਾਮ ਗਿਆਨ ਸਿੰਘ ਹੁੰਦਾ। ਅਤੇ ਮੇਰਾ ਲਿਖਣਾ ਸ਼ੌਂਕ ਹੈ, ਕਈ ਵਾਰੀ ਚੀਜ਼ਾਂ ਕੁਛ ਲਿਖਦਾ ਵੀ ਹਾਂ, ਪਰ ਜਿਹੜਾ ਸਵਾਲ ਤੁਸੀਂ ਕੀਤਾ ਉਹਦੇ ਜਵਾਬ 'ਚ ਮੈਂ ਕਹਿਣਾ ਚਾਹਾਂਗਾ ਜੀ ਕਿ ਮੈਨੂੰ ਲਿਖਣ ਦਾ ਕੋਈ ਏਡਾ ਚਾਅ ਨਹੀਂ, ਨਾ ਮੇਰਾ ਕੋਈ ਅਜੇ ਇੱਦਾਂ ਦਾ ਉਤਸ਼ਾਹ ਹੈ ਕਿ ਮੈਂ ਲਿਖਾਂ। ਮੇਰਾ ਚਾਅ, ਉਤਸ਼ਾਹ ਅਤੇ ਮੇਰਾ ਜਿਹੜਾ ਅੰਦਰੋਂ ਇੱਕ ਜਨੂੰਨ ਹੈਗਾ, ਜੋ ਕੁਛ ਏਡਾ ਵਧੀਆ ਲਿਖਿਆ ਗਿਆ ਹੋਇਆ ਉਹਨੂੰ ਪ੍ਰਜੈਂਟ ਕਰ ਲਈਏ ਘੱਟੋ ਘੱਟ। ਮੈਂ ਨਵਾਂ ਲਿਖਣ 'ਤੇ ਸੋਚੀ ਜਾਵਾਂ, ਜਾਂ ਸਾਡੇ ਕੋਲ ਪਿੱਛੇ ਪਿਆ ਕੁਛ ਨਹੀਂ, ਗੋਦਾਮ ਭਰੇ ਪਏ ਨੇ, ਇਹ ਜੰਦਰੇ ਲਾਏ ਪਏ ਨੇ, ਬਾਹਰ ਮੈਂ ਆਪਣੀ ਫੜੀ ਲਾ ਕੇ ਬਹਿ ਜਾ। ਮੈਂ ਭਾਅ ਜੀ ਤੁਹਾਡੇ ਸਵਾਲ ਨਾਲ ਬਹੁਤ ਸਹਿਮਤ ਹਾਂ, ਤੁਸੀਂ ਜਿਹੜੀ ਗੱਲ ਕਹੀ ਆ ਉਹ ਬਹੁਤ ਹੱਦ ਤੱਕ ਨਹੀਂ, 100% ਉਹ ਸਹੀ ਗੱਲ ਹੈ। ਅਸੀਂ ਜਦੋਂ ਕੋਈ ਵੀ, ਖਾਸ ਕਰਕੇ ਜੇ ਮੈਂ ਅਰਦਾਸ ਫਿਲਮ ਦੀ ਗੱਲ ਕਰਾਂ, ਤੁਸੀਂ ਜੇ ਪਹਿਲਾਂ ਵਾਲੀਆਂ ਦੋਨੇ ਫਿਲਮਾਂ ਦੇਖੀਆਂ ਨੇ, ਉਹਨਾਂ ਦੇ ਵਿੱਚ ਅਸੀਂ ਆਪਣੇ ਲਈ ਉਹ ਮੈਂ 100% ਅਸੀਂ ਬੈਸਟ ਤੋਂ ਬੈਸਟ ਲਿਖਣ ਦੀ ਕੋਸ਼ਿਸ਼ ਕੀਤੀ। ਫਿਰ ਵੀ ਕਈ ਸੀਨ ਜਦੋਂ ਮੈਨੂੰ ਹੁੰਦੇ ਸੀ ਕਿ ਯਾਰ ਆਹ ਸੀਨ ਬਹੁਤ ਵਧੀਆ, ਤਾਂ ਮੈਂ ਹਮੇਸ਼ਾ ਜਾ ਕੇ ਘੁੱਗੀ ਭਾਈ ਨੂੰ ਇਹ ਕਹਾਂ, ਮੈਂ ਕਿਹਾ ਭਾਅ ਜੀ ਆਹ ਸੀਨ ਸੂਤ ਨਹੀਂ ਆ ਰਿਹਾ, ਜਿਹਦੀ ਗੱਲ ਨਹੀਂ ਬਣ ਰਹੀ ਹੈਗੀ, ਵੀ ਆਹ ਇੱਥੇ ਮੈਨੂੰ ਕੱਚਾ ਲੱਗਦਾ, ਮੈਨੂੰ ਇੱਥੇ ਕੱਚਾ ਲੱਗਦਾ, ਇਹਨੇ ਪਹਿਲੇ ਦੇਖਿਆ, ਕਹਿੰਦੇ ਭਾਅ ਜੀ ਠੀਕ ਲੱਗਦਾ। ਮੈਂ ਕਿਹਾ ਨਹੀਂ ਭਾਅ ਜੀ, ਇਹਨਾਂ ਨੇ ਜਦੋਂ ਹੀ ਸੋਚਣਾ, ਇਹਨਾਂ ਨੇ ਤੁਸੀਂ ਬਿਲੀਵ ਕਰਿਓ 30 ਸਕਿੰਟ ਦੇ ਵਿੱਚ ਇਹ ਮੈਨੂੰ 10 ਪੇਜਾਂ ਦਾ ਸੀਨ ਦਿੱਤਾ, ਮਤਲਬ ਇੰਨੀ ਜ਼ਿਆਦਾ ਖਜ਼ਾਨਾ ਪਿਆ ਹੋਇਆ। ਇਹ ਜਦੋਂ ਇੱਕ ਵਾਰੀ ਸ਼ੁਰੂ ਹੁੰਦੇ ਨੇ ਭਾਅ ਜੀ ਇੱਦਾਂ ਇੱਦਾਂ ਦਾ, ਫਿਰ ਮੇਰੇ ਕੋਲ ਖਜ਼ਾਨਾ ਹੋ ਜਾਂਦਾ, ਫਿਰ ਮੇਰੇ ਕੋਲ ਇੰਨੇ ਪੇਜ ਹੋ ਜਾਂਦੇ ਸੀ, ਮੈਂ ਉਹਦੇ 'ਚੋਂ ਕੱਟ ਕੇ ਆਪਦੇ ਹਿਸਾਬ ਨਾਲ ਚੀਜ਼ਾਂ 1 ਮਿੰਟ 'ਚ ਸੈੱਟ ਕਰ ਲੈਂਦਾ ਸੀ, ਹੈ ਨਾ। ਸੋ ਮੈਂ ਬਹੁਤ ਸੀਨਾਂ ਦੇ ਉੱਤੇ, 1-2 ਤਾਂ ਸੀਨ ਮੇਰੇ ਇੰਨੇ ਇੰਪੋਰਟੈਂਟ ਸੀ ਵੀ ਮੈਂ ਉਹ ਲਿਖੇ ਹੀ ਨਹੀਂ ਉਹ ਸੀਨ ਖਾਲੀ ਛੱਡਿਆ। ਮੈਂ ਕਿਹਾ ਯਾਰ ਇਸ ਸੀਨ ਦੇ ਲਈ ਸੀ ਮੈਨੂੰ ਉੱਥੇ ਅਸੀਂ ਜਗ੍ਹਾ ਛੱਡ ਲਈ ਵੀ
ਮਤਲਬ 3-4 ਘੰਟੇ ਦਾ ਆਪਾਂ ਟਾਈਮ ਰੱਖਾਂਗੇ, ਭਾਅ ਜੀ ਨਾਲ ਡਿਸਕਸ ਕਰੂੰਗਾ, ਜੇ ਨਹੀਂ ਸੂਝ ਬੈਠੂਗਾ ਤਾਂ ਇਹਨੂੰ ਅੱਗੇ ਲੈ ਜਾਂਗੇ ਸੀ। ਹਮੇਸ਼ਾ ਹੀ ਇਹਨਾਂ ਨਾਲ ਬੈਠ ਕੇ ਉਹ ਚੀਜ਼ਾਂ ਕੀਤੀਆਂ ਅਤੇ ਇਹਨਾਂ ਦਾ ਬਹੁਤ, ਮੈਂ ਹਮੇਸ਼ਾ ਕਹਿੰਦਾ ਮੈਂ ਇੱਕ, ਸਾਡੀ ਅੱਗੇ ਇੱਕ ਫਿਲਮ ਹੈ ਅਸੀਂ ਕਰ ਰਹੇ ਹਾਂ ਅੱਗੇ ਫਿਲਮ, ਅਤੇ ਉਹ ਮੇਰੀ 5-7 ਵਾਰੀ ਗੱਲ ਹੋਈ ਆ ਵੀ ਮੈਂ ਇਹਨਾਂ ਨੂੰ ਕਹਿੰਦਾ ਭਾਅ ਜੀ ਲਿਖ ਦਿਓ ਯਾਰ, ਤੁਸੀਂ ਲਿਖੋ ਵੀ ਤੁਹਾਡੇ ਲਿਖਣ ਵਾਲੀ ਆ ਉਹ, ਹੈ ਨਾ। ਪਰ ਭਾਅ ਜੀ ਥੋੜ੍ਹੇ, ਇੱਕ ਤਾਂ ਬਿਜ਼ੀ ਬਹੁਤ ਚੱਲਦੇ ਨੇ, ਅਤੇ ਇੱਕ ਭਾਅ ਜੀ ਦਾ ਵੈਸੇ ਮੈਂ ਤੁਹਾਨੂੰ ਦੱਸਾਂ, ਸ਼ਾਇਦ ਕਈ ਬੰਦਿਆਂ ਨੂੰ ਇਸ ਪੱਖ ਦਾ ਪਤਾ ਨਹੀਂ ਗਾ ਇਹਨਾਂ ਦਾ, ਭਾਅ ਜੀ ਬਹੁਤ ਜ਼ਿਆਦਾ ਬਿਜ਼ੀ ਇਸ ਚੀਜ਼ 'ਚ ਰਹਿੰਦੇ ਨੇ ਵੀ ਇਹ ਲੋਕਾਂ ਦੇ ਕੰਮ ਬਹੁਤ ਕਰਾਉਂਦੇ। ਤੁਸੀਂ ਇਹਨਾਂ ਨੂੰ ਕੋਈ ਕੰਮ ਕਹਿ ਦਿਓ, ਕੋਈ ਕੰਮ ਕਹਿ ਦਿਓ, ਜੇ ਇਹ ਆਪ ਇੰਨੇ ਬਿਜ਼ੀ ਹੋਣ, ਜਿਵੇਂ ਹੁਣ ਪ੍ਰਮੋਸ਼ਨ ਚੱਲਦੀ ਆ, ਇੰਡੀਆ ਤੋਂ ਕਿਸੇ ਦਾ ਫੋਨ ਆ ਗਿਆ, ਭਾਅ ਜੀ ਇੱਕ ਸਾਡੇ ਨਾਲ ਐਂ ਹੋ ਗਿਆ ਜੀ ਕਿਸੇ ਨਾਲ, ਮੈਂ ਕਿਹਾ ਵੀ ਕੌਣ ਆ ਭਾਅ ਜੀ, ਭਾਅ ਜੀ ਪਤਾ ਨਹੀਂ ਮੈਨੂੰ ਤਾਂ ਕੌਣ ਨੇ, ਕੋਈ ਗਾਂਹ ਤੋਂ ਗਾਂਹ ਆਇਆ ਭਾਅ ਜੀ, ਭਾਅ ਜੀ ਉਹਦੇ ਕੰਮ ਦੇ ਲਈ ਸਾਰੇ ਦਿਹਾੜੀਆਂ ਟੈਲੀਫੋਨਾਂ 'ਤੇ ਲੱਗ ਕੇ ਉੱਥੇ ਲੱਗੇ ਹੋਣਗੇ। ਸੋ ਕੋਈ ਵੀ ਬੰਦਾ ਇਹਨਾਂ ਨੂੰ ਕੋਈ ਵੀ ਕੰਮ ਕਹੂਗਾ ਨਾ, ਇਹਨਾਂ ਦਾ ਜ਼ੋਰ ਲੱਗਿਆ ਪਿਆ ਹੁੰਦਾ ਵੀ ਬੰਦੇ ਦਾ ਕੰਮ ਹੋ ਜਾਵੇ। ਮੈਂ ਬਸ ਇੰਨੇ ਸਾਲਾਂ ਤੋਂ ਟਰਾਈ ਕਰੀ ਜਾਂਦਾ, ਮੇਰੇ ਕੀਤਿਆਂ ਕੁਛ ਹੁੰਦਾ ਵੀ ਇਸ ਚੀਜ਼ ਕਰਕੇ। ਸੋ ਇਹ ਜਿਹੜੀ ਤੁਸੀਂ ਲਿਖਣ ਵਾਲੀ ਚੀਜ਼ ਕਹਿ ਰਹੇ ਹੋ, ਉਹ ਤਾਂ ਮੈਨੂੰ ਇੱਕ 15-20 ਦਿਨਾਂ ਲਈ ਇਹਨਾਂ ਨੂੰ ਕਿਡਨੈਪ ਕਰਕੇ ਧੱਕਾ ਕਰਨਾ ਪੈਣਾ ਇਹਨਾਂ ਨੂੰ। ਜ਼ਰੂਰ ਕਰਾਂਗੇ ਜੀ। ਬੜੀ ਸੋਹਣੀ ਗੱਲ, ਸ਼ੇਕਸਪੀਅਰ ਸਾਹਿਬ ਨੂੰ ਕਿਸੇ ਨੇ ਪੁੱਛਿਆ ਸੀ ਵੀ ਤੁਸੀਂ ਇੰਨਾ ਵਧੀਆ ਕਿਵੇਂ ਲਿਖ ਲੈਂਦੇ, ਕਹਿੰਦੇ ਇੱਕੋ ਹੀ ਫਾਰਮੂਲਾ ਇਹਦਾ, ਅੱਛਾ ਪੜ੍ਹਦੇ ਜਾਓ ਅੱਛਾ ਲਿਖਦੇ ਜਾਓ, ਹੈ ਨਾ। ਅਤੇ ਸਾਡਾ ਵੀ ਇਹੀ ਫਾਰਮੂਲਾ ਜੀ, ਅੱਛਾ ਪੜ੍ਹਦੇ ਜਾਓ ਅੱਛੇ, ਅੱਛਾ ਅੱਗੇ ਨਰੇਟ ਕਰਦੇ ਜਾਓ, ਦੱਸਦੇ ਜਾਓ ਲੋਕਾਂ ਨੂੰ। ਅਤੇ ਇੱਕ ਦੋ ਚੀਜ਼ਾਂ ਨੇ ਜਿਹੜੀਆਂ ਮੈਨੂੰ ਲੱਗਦਾ ਸਾਡੇ ਸਾਰੀ ਕਮਿਊਨਿਟੀ ਦੇ ਵਿੱਚ ਮਿਸਿੰਗ ਨੇ, ਉਹ ਹੈਗਾ ਵਿਚਾਰ। ਸਾਡੇ ਅੰਦਰੋਂ ਵਿਚਾਰ ਖਤਮ ਹੋ ਗਿਆ, ਸਾਡੇ ਅੰਦਰ ਕੋਈ ਡਿਸਕਸ਼ਨ ਨਹੀਂ ਰਹਿ ਗਈ, ਕਨਵਰਸੇਸ਼ਨ ਨਹੀਂ ਰਹਿ ਗਈ ਆਪਸ 'ਚ। ਅਸੀਂ ਇੱਕ ਫਿਕਸ ਫਾਰਮੈਟ ਦੇ ਵਿੱਚ ਆਪਣੇ ਆਪ ਨੂੰ ਪਾਲਿਆ ਹੋਇਆ। ਅਤੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਕਿੰਨਾ ਇੱਕ ਦਿੱਤਾ ਹੋਇਆ ਸਾਨੂੰ ਸੁਨੇਹਾ, ਕਿੰਨਾ ਜਿਹਦੇ 'ਤੇ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਉਹਦੇ 'ਤੇ ਕੱਟੀ ਆ, ਉਸ ਇੱਕ ਫਿਕਰੇ ਦੇ ਉੱਤੇ, ਉਸ ਇੱਕ ਪੰਕਤੀ ਦੇ ਉੱਤੇ ਕਿ ਜਬ ਲੱਗ ਦੁਨੀਆ ਰਹੀ ਹੈ ਨਾਨਕ ਕਿਸ ਸੁਣੀਏ ਕਿਸ ਕਹੀਏ। ਅਸੀਂ ਸੰਸਾਰ 'ਚ ਬੈਠੇ ਹਾਂ ਪਰ ਅਸੀਂ ਨਾ ਡਿਸਕਸ ਕਰਦੇ ਹਾਂ, ਫੋਲੋ ਕਰੋ।